ਅੱਜ ਬਾਰਿਸ਼ ਹੋ ਗਈ ਹੈ ਜੀ ਆਪਣੇ ਠੀਕ ਠਾਕ, ਅਤੇ ਆਪਾਂ ਦਰੱਖਤ ਲਗਾਉਣੇ ਸ਼ੁਰੂ ਕਰਤੇ ਆ। ਜਿਵੇਂ ਕਿ ਆਪਾਂ ਇੱਕ ਸੋਚਿਆ ਸੀਗਾ ਵੀ ਪਿੰਡ ਦੇ ਲਈ ਆਪਾਂ ਥੋੜ੍ਹੇ ਬਹੁਤ ਜਾਂ ਪਿੰਡ ਦੇ ਇਲਾਕੇ ਦੇ ਵਿੱਚ ਰੁੱਖ ਲਗਾਵਾਂਗੇ, ਅਤੇ ਹਰ ਮਹੀਨੇ ਕੋਸ਼ਿਸ਼ ਕਰਿਆ ਕਰੇ ਵੀ ਜਿੰਨੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾ ਸਕੀਏ, ਅਤੇ ਇਹ ਸਾਰੇ ਆਪਾਂ ਸਾਂਝੀਆਂ ਥਾਵਾਂ 'ਤੇ ਲਗਾਉਣੇ ਆ। ਜਿਵੇਂ ਕੋਈ ਸੜਕ ਦਾ ਕਿਨਾਰਾ ਹੋ ਗਿਆ, ਰੇਲਵੇ ਲਾਈਨ ਦਾ ਕੰਢਾ, ਕੋਈ ਸਾਂਝੀ ਖਾਲੀ ਜ਼ਮੀਨ, ਅਤੇ ਜ਼ਿਆਦਾ ਤੋਂ ਜ਼ਿਆਦਾ ਆਪਾਂ ਰੁੱਖ ਲਗਾਵਾਂਗੇ। ਇੱਕ ਵਾਰ ਆਪਾਂ 10,000 ਬੂਟੇ ਲਗਾਉਣ ਦਾ ਟੀਚਾ ਮਿਥਿਆ, ਅਤੇ ਕੋਸ਼ਿਸ਼ ਕਰਾਂਗੇ ਕਿ ਵੱਡੇ ਬੂਟੇ ਲਗਾਏ ਜਾਣ, ਸਾਰੇ 5-6 ਫੁੱਟ ਵਾਲੇ, ਤਾਂ ਕਿ ਕੋਈ ਮਰੇ ਨਾ। ਕਿਉਂਕਿ ਆਮ ਕਰਕੇ ਦੇਖਿਆ ਜਾਂਦਾ ਜਿੱਥੇ ਵੀ ਬੂਟੇ ਲੱਗਦੇ ਆ ਉਹ ਛੋਟੇ ਲਗਾਏ ਜਾਂਦੇ ਆ, ਅਤੇ 100 ਦੇ ਵਿੱਚੋਂ 2-4 ਹੀ ਮਸਾਂ ਬਚਦੇ ਆ। ਆਪਾਂ ਇਹ 5-5-6-6 ਫੁੱਟ ਵਾਲੇ ਬੂਟੇ ਲਾਵਾਂਗੇ ਅਤੇ ਲਗਾਤਾਰ ਲਗਾਉਂਦੇ ਰਹਾਂਗੇ, ਹਰ ਸਾਲ ਹਰ ਮਹੀਨੇ ਲਗਾਇਆ ਕਰਾਂਗੇ ਥੋੜ੍ਹੇ ਬਹੁਤ, ਅਤੇ ਤਾਂ ਕਿ ਆਪਾਂ ਆਪਣੇ ਜਿਹੜਾ ਇਲਾਕੇ ਦਾ ਟੈਂਪਰੇਚਰ ਆ ਇਹਨੂੰ ਘੱਟ ਕਰ ਸਕੀਏ, ਮੈਂਟੇਨ ਕਰ ਸਕੀਏ। ਅਤੇ ਜਿਸ ਤਰ੍ਹਾਂ ਸਾਰਿਆਂ ਨੇ ਦੇਖਿਆ ਹੀ ਆ ਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਆ, ਅਤੇ ਬਾਰਿਸ਼ਾਂ ਵੀ ਜਿਵੇਂ ਅੱਗੇ ਬਜ਼ੁਰਗ ਦੱਸਦੇ ਹੁੰਦੇ ਆ ਵੀ ਸਾਉਣ ਦੀ ਝੜੀ ਲੱਗਦੀ ਹੁੰਦੀ ਸੀ, 10-10-15-15 ਦਿਨ ਮੀਂਹ ਆਉਂਦਾ ਸੀ, ਹਰ ਰੋਜ਼ ਮੀਂਹ ਆ ਜਾਂਦਾ ਹੁੰਦਾ ਸੀਗਾ, ਅਤੇ ਅੱਜ ਕੱਲ੍ਹ ਉਹ ਗੱਲਾਂ ਨਹੀਂ ਰਹੀਆਂ, ਪਾਣੀ ਦਾ ਲੈਵਲ ਵੀ ਡਾਊਨ ਜਾ ਰਿਹਾ। ਤਾਂ ਆਪਾਂ ਜਿੰਨਾ ਕੁ ਹੋ ਸਕਦਾ ਆਪਦਾ ਯੋਗਦਾਨ ਪਾਵਾਂਗੇ ਵਾਤਾਵਰਨ ਨੂੰ ਬਚਾਉਣ ਵਾਸਤੇ, ਅਤੇ ਰੁੱਖ ਲਗਾਵਾਂਗੇ ਸਾਂਝੀਆਂ ਥਾਵਾਂ 'ਤੇ। ਅੱਜ ਸੜਕ ਦੇ ਕੰਢੇ ਲਗਾਉਣੇ ਸ਼ੁਰੂ ਕੀਤੇ ਆ, ਅਤੇ ਇੱਕ ਬੇਨਤੀ ਆ ਵਾਤਾਵਰਨ ਪ੍ਰੇਮੀਆਂ ਨੂੰ ਅਤੇ ਨਗਰ ਨਿਵਾਸੀਆਂ ਨੂੰ ਕਿ ਇਸ ਨਾਲ ਬੂਟਿਆਂ ਨੂੰ ਅੱਗ ਤੋਂ ਅਤੇ ਪਸ਼ੂਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਿਆ ਜੇ, ਅਤੇ ਜੇ ਕਿਤੇ ਹੋ ਸਕੇ ਸਮਾਂ ਹੋਵੇ ਤਾਂ ਇਹਨਾਂ ਨੂੰ ਪਾਣੀ ਪਾਉਣ ਦੀ ਸੇਵਾ ਵੀ ਕਰ ਸਕਦੇ ਹਾਂ।